ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਾਈਵ। ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਗੱਲਬਾਤ ਕਰਨੀ ਹੈ ਜੋਤ ਦੇ ਸੰਦਰਭ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਕਿ ਘਰਾਂ ਦੇ ਵਿੱਚ ਕਿਹੜੀ ਜੋਤ ਜਗਾਉਣੀ ਹੈ, ਕਦੋਂ ਜਗਾਉਣੀ ਹੈ, ਇਸ ਦੇ ਕੀ ਲਾਭ ਹਨ, ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ। ਇਸ ਕਰਕੇ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ। ਬਹੁਤ ਸਾਰੇ ਲੋਕ ਅਕਸਰ ਸਵਾਲ ਕਰਦੇ ਹਨ ਵਟਸਐਪ ਦੇ ਮਾਧਿਅਮ ਰਾਹੀਂ, ਕਮੈਂਟਾਂ ਦੇ ਮਾਧਿਅਮ ਰਾਹੀਂ। ਅੱਜ ਕੋਸ਼ਿਸ਼ ਕਰਾਂਗੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ। ਆਪਣੇ ਵਿੱਚੋਂ ਬਹੁਤਿਆਂ ਨੂੰ ਇਹ ਜਾਣਕਾਰੀ ਚੰਗੀ ਤਰ੍ਹਾਂ ਹੈ ਕਿ ਜੋਤ ਦਾ ਸੰਬੰਧ ਸ਼ਹੀਦਾਂ ਦੇ ਨਾਲ ਜੋੜਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਨਾਲ ਉਚੇਚੇ ਤੌਰ 'ਤੇ ਜੋੜਿਆ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਿਸ ਘਰ ਦੇ ਵਿੱਚ ਰੋਜ਼ ਜੋਤ ਜਗਾਈ ਜਾਂਦੀ ਹੈ, ਉਸ ਘਰ ਦੇ ਵਿੱਚ ਵਾਤਾਵਰਨ ਕੁਝ ਹੋਰ ਹੀ ਹੋ ਜਾਂਦਾ ਹੈ। ਉੱਥੇ ਜਦ ਵੀ ਕੋਈ ਆਉਂਦਾ ਹੈ ਉਹਦੀ ਰੂਹ ਖਿੜ ਜਾਂਦੀ ਹੈ। ਖਾਸ ਤੌਰ 'ਤੇ ਜਿਨ੍ਹਾਂ ਘਰਾਂ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਦੇ ਘਰ ਆ ਕੇ ਮਨ ਖੁਸ਼ ਹੋ ਗਿਆ। ਸਰੀਰਕ ਤੌਰ 'ਤੇ ਵੀ ਬੰਦੇ ਨੂੰ ਖੁਸ਼ੀ ਮਿਲਦੀ ਹੈ, ਮਾਨਸਿਕ ਤੌਰ 'ਤੇ ਵੀ। ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਤਾਂ ਸਾਰੇ ਘਰ ਨੂੰ ਫਾਇਦਾ ਮਿਲਦਾ ਹੈ। ਇਸ ਦਾ ਭਾਵੇਂ ਆਪਾਂ ਆਪਣੀ ਆਸਥਾ ਦੇ ਪੱਖ ਤੋਂ ਫਾਇਦਾ ਦੇਖੀਏ, ਚਾਹੇ ਆਪਾਂ ਵਿਗਿਆਨਕ ਪੱਖ ਤੋਂ, ਦੋਵੇਂ ਗੱਲਾਂ ਦਾ ਆਪਾਂ ਜ਼ਿਕਰ ਕਰਾਂਗੇ। ਬਹੁਤੇ ਸਿਆਣੇ ਲੋਕ ਮੰਨਦੇ ਨੇ ਕਿ ਇਹ ਜਿਹੜੀ ਦੇਸੀ ਘਿਓ ਦੀ ਜੋਤ ਹੈ, ਇਹ ਕਈ ਤਰੀਕੇ ਨਾਲ ਘਰ ਵਿੱਚ ਮੌਜੂਦ ਜਿਹੜਾ ਪ੍ਰਦੂਸ਼ਣ ਹੈ, ਜਿਹੜੇ ਮਾੜੇ ਪਦਾਰਥ ਨੇ, ਉਹਨਾਂ ਦਾ ਅਸਰ ਖਤਮ ਕਰ ਦਿੰਦੀ ਹੈ, ਪ੍ਰਦੂਸ਼ਣ ਨੂੰ ਘੱਟ ਕਰ ਦਿੰਦੀ ਹੈ, ਐਸੀਆਂ ਭੈੜੀਆਂ ਚੀਜ਼ਾਂ ਨੂੰ ਸਾੜ ਕੇ ਨਾਸ ਕਰ ਦਿੰਦੀ ਹੈ ਜਿਨ੍ਹਾਂ ਨੇ ਗਾਹੇ ਬਗਾਹੇ ਸਾਡੇ ਸਰੀਰ ਦਾ ਨੁਕਸਾਨ ਕਰਨਾ ਹੁੰਦਾ ਹੈ। ਉਹ ਕਣ ਜਿਹੜੇ ਆਸੇ ਪਾਸੇ ਫੈਲੇ ਨੇ, ਜਿਹੜੇ ਕਣਾਂ ਨੇ ਸਾਡੇ ਸਰੀਰ ਦੇ ਅੰਦਰ ਦਾਖਲ ਹੋ ਕੇ ਸਰੀਰ ਦਾ ਨੁਕਸਾਨ ਕਰਨਾ ਹੈ, ਉਹਨਾਂ ਕਣਾਂ ਨੂੰ ਦੇਸੀ ਘਿਓ ਦੀ ਜੋਤ ਨੇ ਖਤਮ ਕਰ ਦੇਣਾ ਹੈ। ਉਹ ਕਣਾਂ ਨੂੰ ਖਤਮ ਕਰਕੇ ਸਾਨੂੰ ਬਿਮਾਰੀਆਂ ਤੋਂ ਮੁਕਤ ਕਰਦੀ ਹੈ ਦੇਸੀ ਜੋਤ, ਬਹੁਤ ਸਾਰੇ ਸਿਆਣੇ ਲੋਕ ਇਹ ਕਹਿੰਦੇ ਨੇ। ਕੁਛ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਹੈਜੇ ਵਰਗੇ ਜਾਂ ਸਾਹ ਦੇ ਰੋਗਾਂ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਵੀ ਇਹ ਜਿਹੜੀ ਦੇਸੀ ਘਿਓ ਦੀ ਜੋਤ ਹੈ ਉਹ ਖਤਮ ਕਰ ਸਕਦੀ ਹੈ। ਕੁਝ ਵਿਦਵਾਨ ਪੁਰਸ਼ਾਂ ਦਾ ਇਹ ਵੀ ਮੰਨਣਾ ਹੈ ਕਿ ਦੇਸੀ ਘਿਓ ਦੀ ਜੇਕਰ ਇੱਕ ਵੀ ਬੂੰਦ ਸੜਦੀ ਹੈ ਤਾਂ ਬਹੁਤ ਅੱਛੀ ਜਿਹੜੀ ਹਵਾ ਹੈ ਉਹ ਪੈਦਾ ਹੁੰਦੀ ਹੈ, ਜਿਹੜੀ ਸਾਡੇ ਲਈ ਚੰਗੀ ਸਿੱਧ ਹੁੰਦੀ ਹੈ। ਇੱਥੋਂ ਤੱਕ ਕਿ ਇਹ ਵੀ ਕਿਹਾ ਜਾਂਦਾ ਕੁਛ ਲੋਕਾਂ ਦੁਆਰਾ ਕਿ ਜੇਕਰ 15 ਮਿੰਟ ਕੋਈ ਦੇਸੀ ਘਿਓ ਦੀ ਜੋਤ ਦੇ ਕੋਲ ਬੈਠ ਕੇ ਪਾਠ ਕਰਦਾ ਹੈ, ਉਹ ਆਪਣੀ ਦੇਹ ਦੇ ਨਾਲ ਜੁੜੀਆਂ ਹੋਈਆਂ ਕਈ ਕਿਸਮ ਦੀਆਂ ਬਿਮਾਰੀਆਂ, ਰੋਗ, ਉਹ ਸਭ ਕੁਛ ਉਸਦਾ ਦੂਰ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਕੁਝ ਵਿਗਿਆਨ ਦੇ ਵਿੱਚ ਵੀ ਮੰਨਣ ਦੇ ਵਿੱਚ ਆਉਣ ਵਾਲੀਆਂ ਗੱਲਾਂ ਹਨ ਕਿ ਸਰ੍ਹੋਂ ਦਾ ਤੇਲ ਜਦੋਂ ਜਲਦਾ ਹੈ, ਇੱਕ ਸਰ੍ਹੋਂ ਦੇ ਤੇਲ ਦਾ ਦੀਵਾ ਜਦੋਂ ਬਲਦਾ ਹੈ, ਉਹਦੇ ਵਿੱਚੋਂ ਜਿਹੜੀ ਹਵਾ ਨਿਕਲਦੀ ਹੈ ਉਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹਦੀ ਜਿਹੜੀ ਪ੍ਰਮਾਣਤਾ ਲੈਣ ਦੀ ਕਿਤੋਂ ਬਹੁਤੀ ਦੂਰ ਜਾਣ ਦੀ ਜ਼ਰੂਰਤ ਨਹੀਂ। ਜੇਕਰ ਦੂਰ ਜਾਣਾ ਹੈ ਤਾਂ ਆਪਦੇ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰੋ, ਦਾਦੇ ਨਾਲ, ਦਾਦੀ ਨਾਲ, ਜਾਂ ਹੋਰ ਕੋਈ ਬਜ਼ੁਰਗ
ਜਿਹਨੇ ਅੱਜ ਤੋਂ 30-35 ਸਾਲ ਪਹਿਲਾਂ ਘਰਾਂ ਦੇ ਵਿੱਚ ਰੋਜ਼ ਵਾਂਗੂ ਦੀਪਕ ਜਲਾਏ, ਰੋਜ਼ ਵਾਂਗੂ ਦੀਵੇ ਚਲਾਏ। ਉਹ ਤੁਹਾਨੂੰ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ ਕਿ ਕਿੰਨਾ ਫਾਇਦਾ ਹੈ। ਕੁਝ ਸਿਆਣੇ ਲੋਕ ਇਹ ਸਮਝਦੇ ਨੇ ਕਿ ਅੱਜ ਦੇ ਸਮੇਂ ਵਿੱਚ ਘਰਾਂ ਦੇ ਵਿੱਚ ਨਕਾਰਾਤਮਕਤਾ ਬੜੀ ਭਰੀ ਪਈ ਹੈ। ਲੋਕ ਬਿਨਾਂ ਵਜ੍ਹਾ ਆਪਸ ਦੇ ਵਿੱਚ ਲੜਦੇ ਨੇ, ਉਲਝਦੇ ਨੇ। ਹਰ ਬੰਦੇ ਦੇ ਮਨ 'ਤੇ ਪਤਾ ਨਹੀਂ ਕਿੰਨੀਆਂ ਕੁ ਚਿੰਤਾਵਾਂ ਨੇ, ਟੈਨਸ਼ਨਾਂ ਚੁੱਕ ਕੇ ਹਰ ਬੰਦਾ ਤੁਰਿਆ ਫਿਰਦਾ। ਕਿਸੇ ਦੇ ਘਰ ਵਿੱਚ ਦਾਖਲ ਹੋ ਜਾਓ, ਤੁਹਾਨੂੰ ਇਹ ਨਹੀਂ ਲੱਗੇਗਾ ਕਿ ਇਹਦੇ ਘਰ ਵਿੱਚ ਕੋਈ ਸਕਾਰਾਤਮਕ ਮਾਹੌਲ ਹੈ। ਤੁਹਾਡੇ ਕੋਲ ਬੈਠਿਆਂ ਤੋਂ ਉਲਝੀ ਜਾਣਗੇ, ਪੂਰਾ ਨਕਾਰਾਤਮਕ ਮਾਹੌਲ। ਇੰਨੀ ਨੈਗੇਟਿਵ ਐਨਰਜੀ ਅੱਜ ਦੇ ਯੁੱਗ ਵਿੱਚ ਆ ਗਈ ਹੈ। ਸੋ ਇਸ ਨੈਗੇਟਿਵ ਐਨਰਜੀ ਨੂੰ ਤੁਸੀਂ ਜੇ ਦੂਰ ਕਰਨਾ ਨਾ, ਅੱਜ ਇੱਕ ਛੋਟਾ ਜਿਹਾ ਤਜਰਬਾ ਕਰਕੇ ਦੇਖਿਓ। ਘਰ ਵਿੱਚ ਦੀਪਕ ਤਾਂ ਜ਼ਰੂਰ ਹੋਊਗਾ, ਦੀਵਾਲੀ ਲੰਘੀ ਹੈ, ਚਾਹੇ ਕੋਈ ਪੁਰਾਣਾ ਦੀਪਕ ਹੀ ਹੋਵੇ। ਉਹਦੇ ਵਿੱਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਪਾ ਕੇ ਉਹਦਾ ਚਾਨਣ ਕਰਕੇ ਚੰਦ ਮਿੰਟ ਉਸ ਕਮਰੇ ਦੇ ਵਿੱਚ ਇਕੱਲਿਆਂ ਬਿਤਾਇਓ। ਦੇਖਿਓ ਤੁਹਾਡੀ ਮਾਨਸਿਕਤਾ ਕਿੰਨੇ ਵਧੀਆ ਤਰੀਕੇ ਦੇ ਨਾਲ ਉੱਪਰ ਉੱਠਦੀ ਹੈ। ਤੁਹਾਨੂੰ ਕਿੰਨੀ ਜ਼ਿਆਦਾ ਸ਼ਾਂਤੀ ਮਿਲੇਗੀ ਮਾਨਸਿਕ ਤੌਰ 'ਤੇ, ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਹੋਵੇਗਾ। ਕੁਛ ਲੋਕ ਇਹ ਵੀ ਮੰਨਦੇ ਨੇ, ਮਨੋ ਵਿਗਿਆਨ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ, ਜਿਹੜੇ ਇਸ ਵਿਸ਼ੇ ਦੇ ਮਾਹਰ ਹਨ, ਉਹ ਕਹਿੰਦੇ ਨੇ ਕਿ ਇਹ ਇੱਕ ਸਿੰਬੋਲਿਕ ਵੀ ਹੈ। ਤੁਸੀਂ ਇੱਕ ਹਨੇਰੇ ਕਮਰੇ ਦੇ ਵਿੱਚ ਬੈਠੇ ਹੋ, ਉੱਥੇ ਇੱਕ ਦੀਵਾ ਜਲ ਰਿਹਾ, ਤਾਂ ਤੁਸੀਂ ਧਿਆਨ ਨਾਲ ਦੀਵੇ 'ਤੇ ਗੌਰ ਕਰੋ। ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਰੀ ਦੁਨੀਆ ਬਾਕੀ ਦੀ ਅੰਧਕਾਰ ਹੈ ਅਤੇ ਇਹ ਦੀਵਾ ਜਿਹੜਾ ਰੋਸ਼ਨ ਦੇ ਰਿਹਾ। ਸਿੰਬੋਲਿਕ ਤਰੀਕੇ 'ਤੇ ਵੀ ਦੀਵਾ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ, ਇੱਕ ਕਿਰਨ ਦਿਖਾਉਂਦਾ ਹੈ ਆਸ ਦੀ, ਤੁਹਾਨੂੰ ਉਮੀਦ ਜਗਾਉਂਦਾ ਹੈ। ਜੇ ਅੱਜ ਤੋਂ 30-35 ਸਾਲ ਤੁਸੀਂ ਪਿੱਛੇ ਚਲੇ ਜਾਂਦੇ ਹੋ, ਸਾਡੇ ਦਾਦਿਆਂ ਦੇ ਸਮੇਂ ਵਿੱਚ, ਸਾਡੇ ਜਦੋਂ ਦਾਦੇ ਪੜਦਾਦਿਆਂ ਦਾ ਸਮਾਂ ਸੀ, ਜਦੋਂ ਉਹ ਮਿਹਨਤਾਂ ਕਰਦੇ ਸਨ, ਬਹੁਤ ਜ਼ਿਆਦਾ ਮੁਸ਼ੱਕਤ ਕਰਦੇ ਸਨ, ਉਸ ਸਮੇਂ ਦੇ ਵਿੱਚ ਚਲੇ ਜਾਓ। ਉਹਨਾਂ ਸਮਿਆਂ ਦੇ ਵਿੱਚ ਹਰ ਕੋਈ ਇਹ ਗੱਲ ਮੰਨਦਾ ਹੈ ਕਿ ਬੜੀ ਜ਼ਿਆਦਾ ਖੁਸ਼ਹਾਲੀ ਸੀ, ਬਹੁਤ ਜ਼ਿਆਦਾ ਲੋਕ ਹੱਸਦੇ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਦੋਂ ਗਮ ਬੜਾ ਘੱਟ ਹੁੰਦਾ ਸੀ। ਹੁਣ ਕਈ ਸਾਰੀਆਂ ਚੀਜ਼ਾਂ ਨੇ, ਉਹਨਾਂ ਵਿੱਚੋਂ ਇਹ ਵੀ ਇੱਕ ਚੀਜ਼ ਹੈ। ਉਦੋਂ ਹਰ ਰੋਜ਼ ਰਾਤ ਨੂੰ ਚਾਨਣ ਕਰਨ ਦੇ ਲਈ, ਰੋਸ਼ਨੀ ਕਰਨ ਦੇ ਲਈ ਦੀਵਿਆਂ ਦਾ, ਲਾਲਟੈਨਾਂ ਦਾ ਸਹਾਰਾ ਲਿਆ ਜਾਂਦਾ ਸੀ। ਉਹਨਾਂ ਦੇ ਵਿੱਚ ਕੀ ਪੈਂਦਾ ਸੀ? ਤੇਲ ਹੀ ਪੈਂਦਾ ਸੀ। ਉਹ ਤੇਲ ਅੱਜ ਵੀ ਬਲਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ। ਉਦੋਂ ਕਿਸੇ ਨੂੰ ਦੇਹ ਦੇ ਰੋਗ ਨਹੀਂ ਸਨ ਹੁੰਦੇ, ਬੜੇ ਘੱਟ ਰੋਗ ਹੁੰਦੇ ਸਨ, ਉਦੋਂ ਉਮਰਾਂ ਬਹੁਤ ਲੰਮੀਆਂ ਹੁੰਦੀਆਂ ਸਨ। ਬੇਸ਼ੱਕ ਅੱਜ ਦੇ ਯੁੱਗ ਵਿੱਚ ਖਾਣ ਪਾਣ ਨੇ ਬਹੁਤ ਕੁਛ ਦਾ ਨਾਸ ਮਾਰਿਆ ਹੈ, ਪਰ ਇਹਨਾਂ ਚੀਜ਼ਾਂ ਨੇ ਵੀ ਤਾਂ ਨਾਲ ਦੀ ਨਾਲ ਆਪਣਾ ਰੋਲ ਅਦਾ ਕੀਤਾ ਹੈ। ਆਪਾਂ ਬੇਸ਼ੱਕ ਹੁਣ ਤਰੱਕੀ ਕਰ ਗਏ ਹਾਂ, ਇੱਕ ਬਲਬ ਜਗਾਉਂਦੇ ਹਾਂ, ਇੱਕ ਸੁੱਚ ਛੱਡਦੇ ਹਾਂ, ਕਈ ਬਲਬ ਜਗ ਪੈਂਦੇ ਨੇ, ਪਰ ਆਪਾਂ ਨੂੰ ਇਹ ਵੀ ਦੇਖੀਏ ਕਿ ਉਸ ਜ਼ਮਾਨੇ ਦੇ ਵਿੱਚ ਜੇਕਰ ਤਰੱਕੀ ਨਹੀਂ ਸੀ ਤਾਂ ਹੋਰ ਕਿੰਨੀਆਂ ਚੀਜ਼ਾਂ ਸਾਡੇ ਕੋਲ ਸਨ? ਕਦੀ ਕਿਸੇ ਨੇ ਸੁਣਿਆ ਨਹੀਂ ਹੋਵੇਗਾ ਕਿ ਉਦੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਸੀ। ਨਹੀਂ ਸੀ ਪੈਂਦਾ। ਖਾਣ ਪੀਣ ਦਾ ਜ਼ਰੂਰ ਫਰਕ ਸੀ, ਪਰ ਇਹਨਾਂ ਚੀਜ਼ਾਂ ਦਾ ਵੀ ਫਰਕ ਸੀ। ਬਜ਼ੁਰਗ ਇੱਕ ਕਮਰੇ ਦੇ ਵਿੱਚ ਪਏ ਹੁੰਦੇ ਸਨ, ਸਾਰੀ ਸਾਰੀ ਰਾਤ ਉਹਨਾਂ ਦੇ ਸਿਰਹਾਣੇ ਦੀਵੇ ਚੱਲਦੇ ਰਹਿੰਦੇ ਸਨ, ਸਾਰੀ ਸਾਰੀ ਰਾਤ ਉੱਥੇ ਸਰ੍ਹੋਂ ਦਾ ਤੇਲ ਜਾਂ ਦੇਸੀ ਘਿਓ ਬਲਦਾ ਰਹਿੰਦਾ ਸੀ। ਉਹ ਜਿਹੜੀ ਫਿਜ਼ਾ ਸੀ, ਉਹ ਹਵਾ ਸੀ, ਉਹਦੇ ਵਿੱਚ ਹੀ ਘੁਲਦਾ ਸੀ, ਉਸੇ ਹਵਾ ਦੇ ਵਿੱਚੋਂ ਸਾਹ ਲੈਂਦੇ ਸਨ। ਕੋਈ ਨਾ ਕੋਈ ਫਰਕ ਤਾਂ ਸਰੀਰ ਨੂੰ ਪੈਂਦਾ ਹੋਵੇਗਾ। ਅੱਜ ਆਪਾਂ ਬੜੇ ਅੱਗੇ ਦਾ ਸੋਚਣ ਲੱਗ ਪਏ ਹਾਂ, ਬੜਾ ਅਸੀਂ ਤਰਕਸ਼ੀਲਾਂ ਵਾਲੀ ਸੋਚ ਰੱਖਦੇ ਹਾਂ ਕਿ ਆਹ ਗੱਲ ਐਂ ਨਹੀਂ, ਆਹ ਐਂ ਨਹੀਂ, ਆਹ ਤਾਂ ਹੋ ਹੀ ਨਹੀਂ ਸਕਦੀ, ਆਹ ਤਾਂ ਸਰਾਸਰ ਝੂਠ ਹੈ। ਪਰ ਆਪਾਂ ਥੋੜ੍ਹੇ ਜਿਹੇ ਦਿਮਾਗ ਦਾ ਇਸਤੇਮਾਲ ਕਰਕੇ ਵੇਖੀਏ ਕਿ ਅਚਾਨਕ ਇਹੋ ਜਿਹੀ ਕਿਹੜੀ ਹਵਾ ਵਗੀ ਕਿ ਹੁਣ 20-22-25 ਸਾਲ ਦਿਆਂ ਨੂੰ ਦਿਲ ਦੇ ਦੌਰੇ ਪੈਣ ਲੱਗ ਪਏ ਨੇ। ਹੁਣ ਜਿਹੜਾ ਕੋਈ ਬੰਦਾ ਥੋੜ੍ਹੀ ਜਿਹੀ ਮਿਹਨਤ ਕਰਦਾ, ਕਹਿੰਦੇ ਜੀ ਉਹਨੂੰ ਤਾਂ ਫਲਾਣਾ ਰੋਗ ਹੈ, ਕਿ ਉਦੋਂ ਮਿਹਨਤਾਂ ਨਹੀਂ ਸਨ ਹੁੰਦੀਆਂ? ਬਹੁਤ ਮਿਹਨਤਾਂ ਹੁੰਦੀਆਂ ਸਨ।
ਫਰਕ ਇਹ ਆਇਆ ਕਿ ਹੁਣ ਸਾਡੇ ਮਨਾਂ ਦੇ ਵਿੱਚ ਆਸਥਾ ਘੱਟ ਗਈ ਹੈ, ਵਿਸ਼ਵਾਸ ਘੱਟ ਗਈ ਹੈ। ਜੇ ਕੋਈ ਭੱਦਰ ਪੁਰਸ਼ ਆਪਣੇ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਨਾਮ ਜਪਦਾ, ਜੇ ਉਹ ਆਪਣੇ ਢੰਗ ਤਰੀਕਿਆਂ ਦੇ ਨਾਲ ਜਪਦਾ, ਥੱਲੇ ਬਹਿ ਕੇ ਪੌਂ 'ਤੇ ਬਹਿ ਕੇ ਪਾਠ ਕਰਦਾ, ਉਹ 'ਤੇ ਆਪਾਂ ਸਵਾਲ ਚੁੱਕ ਦਿੰਦੇ ਹਾਂ ਕਿ ਨਹੀਂ ਨਹੀਂ ਆਹ ਤਾਂ ਤੂੰ ਗਲਤ ਕਰ ਰਿਹਾ, ਇਹ ਤਾਂ ਕਰਨਾ ਹੀ ਨਹੀਂ। ਉਹਨੂੰ ਸਵਾਲ ਕਰੋ ਕਿ ਭਾਈ ਤੂੰ ਦੱਸ ਪਹਿਲਾਂ ਤੂੰ ਘਰ ਵਿੱਚ ਕਿੰਨੇ ਪਾਠ ਕਰਦਾ, ਕੀ ਕਦੇ ਜਪਜੀ ਸਾਹਿਬ ਪੜ੍ਹਿਆ, ਕੀ ਰਹਿਰਾਸ ਸਾਹਿਬ ਤੈਨੂੰ ਕੰਠ ਹੈ। ਅਗਲੇ ਨੂੰ ਆਪ ਕੱਖ ਨਾ ਆਉਂਦਾ ਹੋਵੇ ਪਰ ਅਗਲੇ ਦੇ ਨਾਲ ਜਾ ਕੇ ਇੱਦਾਂ ਗੱਲਾਂ ਕਰਦਾ ਕਿ ਮੈਂ ਗਿਆਨੀ ਹਾਂ। ਹਰ ਇੱਕ 'ਤੇ ਸਵਾਲ ਚੁੱਕਣ ਲੱਗ ਪਏ ਹਾਂ। ਜੇ ਘਰ ਦੇ ਵਿੱਚ ਕੋਈ ਜੋਤ ਚੁਕਾਉਂਦਾ, ਨਹੀਂ ਨਹੀਂ ਭਾਈ ਇਹ ਤਾਂ ਗਲਤ ਹੈ, ਤੂੰ ਗਲਤ ਕਰ ਰਿਹਾ ਹੈ, ਸਾਡੇ ਐਂ ਨਹੀਂ ਸਾਡੇ ਉਹ ਨਹੀਂ, ਤੁਸੀਂ ਦੱਸੋ ਆਪਣੀ ਗੱਲ ਕਰੋ, ਕਿਉਂ ਦੂਜੇ 'ਤੇ ਸਵਾਲ ਕਰ ਰਹੇ ਹੋ। ਸਿਆਣੇ ਪੁਰਸ਼ ਕਹਿੰਦੇ ਨੇ, ਮਹਾਂਪੁਰਸ਼ ਕਹਿੰਦੇ ਨੇ ਕਿ ਜੋਤ ਜਗਾਉਣ ਦੇ ਫਾਇਦੇ ਬਹੁਤ ਨੇ, ਨੁਕਸਾਨ ਕੀ ਨੇ? ਨੁਕਸਾਨ ਕੋਈ ਨਹੀਂ ਹੈ। ਜੇਕਰ ਤੁਹਾਡਾ ਵਿਸ਼ਵਾਸ ਹੈ ਤੁਸੀਂ ਜਗਾਓ, ਜੇਕਰ ਨਹੀਂ ਹੈ ਨਾ ਜਗਾਓ। ਪਰ ਨੁਕਸਾਨ ਦੱਸੋ, ਕੀ ਕੋਈ ਨੁਕਸਾਨ ਹੈ? ਇੱਕੋ ਨੁਕਸਾਨ ਹੋ ਸਕਦਾ, ਉਹ ਵੀ ਜੇ ਕੋਈ ਬੰਦਾ ਬਹੁਤ ਸੌੜੀ ਸੋਚ ਰੱਖੇ, ਬਹੁਤ ਮਾੜੀ ਸੋਚਦਾ ਹੋਊਗਾ, ਉਹ ਕਹੂਗਾ ਕਿ ਹਾਂ ਭਾਈ ਜੇ ਮੈਂ ਦੇਸੀ ਘਿਓ ਦਾ ਦੀਪਕ ਜਲਾ ਰਿਹਾ ਤਾਂ ਨੁਕਸਾਨ ਹੈ, ਮੇਰਾ ਦੇਸੀ ਘਿਓ ਜਲ ਰਿਹਾ। ਕੋਈ ਇਹ ਕਹਿ ਸਕਦਾ ਕਿ ਮੈਂ ਸਰ੍ਹੋਂ ਦਾ ਦੀਵਾ ਜਗਾਇਆ ਹੈ ਤਾਂ ਮੇਰਾ ਸਰ੍ਹੋਂ ਦਾ ਤੇਲ ਆ ਜਿਹੜਾ ਉਹਦਾ ਨੁਕਸਾਨ ਹੋਇਆ, ਬਸ ਇਦੋਂ ਵੱਧ ਕੋਈ ਹੋਰ ਨੁਕਸਾਨ ਨਹੀਂ। ਇਹਦੇ ਨਾਲ ਮਨ ਨੂੰ ਇਕਾਗਰਤਾ ਮਿਲਦੀ ਹੈ, ਇਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਸੁੱਖ ਮਿਲਦਾ ਹੈ। ਜਿਹੜੀ ਫਿਜ਼ਾ ਇਹ ਜਿਹੜੀ ਸੁਧਾਰੇਗੀ ਜਦੋਂ ਤੇਲ ਬਲੇਗਾ, ਉਹ ਵੀ ਤੁਹਾਨੂੰ ਸਕੂਨ ਦੇਵੇਗੀ, ਤੁਹਾਨੂੰ ਸ਼ਾਂਤੀ ਦੇਵੇਗੀ। ਪਤਾ ਨਹੀਂ ਕਿੰਨੇ ਕੁ ਅਣਗਿਣਤ ਸਿਹਤਕ ਤੌਰ 'ਤੇ ਤੁਹਾਨੂੰ ਉਸਨੇ ਫਾਇਦੇ ਦੇਣੇ ਨੇ। ਇਸ ਕਰਕੇ ਇੱਕ ਵਾਰ ਇਹ ਤੁਸੀਂ ਜਲਾ ਕੇ ਜ਼ਰੂਰ ਦੇਖੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਕਿਹੜਾ ਦੀਵਾ ਜਗਾਵਾਂ, ਇਹ ਬੰਦਿਆ ਕਿਹੜਾ ਦੀਵਾ ਜਗਾਉਣਾ ਹੈ? ਇਹ ਦੀਵੇ ਦੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਜੀ ਨਹੀਂ ਕਰਦੇ, ਉਹ ਗੱਲ ਕਰਦੇ ਨੇ ਵਾਹਿਗੁਰੂ ਦੇ ਨਾਮ ਦਾ ਦੀਵਾ। ਸ਼ੁਰੂਆਤ ਇੱਕ ਵਾਰੀ ਆਪਾਂ ਕਰ ਲਈਏ, ਵਾਹਿਗੁਰੂ ਦੇ ਨਾਮ ਦਾ ਦੀਵਾ ਜਗਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਪਰ ਔਖਾ ਵੀ ਨਹੀਂ। ਜੇ ਪਰਮਾਤਮਾ ਦੇ ਹਰ ਇੱਕ ਦਿੱਤੇ ਹੋਏ ਸੰਦੇਸ਼ ਨੂੰ, ਉਪਦੇਸ਼ ਨੂੰ ਪੜ੍ਹ ਕੇ, ਸੁਣ ਕੇ, ਸਮਝ ਕੇ ਅੱਗੇ ਚੱਲਾਂਗੇ ਤਾਂ ਵਾਹਿਗੁਰੂ ਦੇ ਨਾਮ ਦਾ ਦੀਵਾ ਵੀ ਜਗ ਜਾਵੇਗਾ। ਤੇਰੇ ਨਾਮ ਦੀ ਬੱਤੀ ਹੋਵੇ ਸਤਿਗੁਰ ਸੱਚੇ ਪਾਤਸ਼ਾਹ, ਤੇਰੇ ਨਾਮ ਦਾ ਹੀ ਮੈਂ ਉਹਦੇ ਵਿੱਚ ਤੇਲ ਪਾਵਾਂ ਅਤੇ ਤੇਰੇ ਨਾਮ ਦਾ ਹੀ ਮੈਂ ਦੀਪਕ ਜਗਾਵਾਂ, ਫਿਰ ਸਾਰਾ ਕੁਝ ਹਾਸਲ ਹੋ ਜਾਣਾ। ਕਿਉਂਕਿ ਜਿਹੜਾ ਚਾਨਣ ਉਸ ਦੀਪਕ ਨੇ ਕਰਨਾ, ਉਹਨਾਂ ਚਾਨਣ ਤਾਂ ਸ਼ਾਇਦ ਸੂਰਜ ਵੀ ਨਾ ਕਰ ਸਕਦਾ ਹੋਵੇ, ਸਭ ਕੁਛ ਹੀ ਚਾਨਣ ਹੋ ਜਾਣਾ। ਅੱਜ ਅਸੀਂ ਦਿਨ ਦੀ ਰੋਸ਼ਨੀ ਦੇ ਵਿੱਚ ਅੱਖਾਂ ਦੇ ਉੱਤੇ ਪਰਦੇ ਪਾ ਕੇ ਤੁਰੇ ਫਿਰਦੇ ਹਾਂ, ਪਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਦੀਪਕ ਚੱਲਣਾ ਤਾਂ ਫਿਰ ਤਾਂ ਸਾਰਾ ਅੰਧਕਾਰ ਉੱਡ ਜਾਣਾ, ਫਿਰ ਤਾਂ ਚਾਰੇ ਪਾਸੇ ਜਗਮਗ ਜਗਮਗ ਹੋ ਜਾਣੀ ਹੈ। ਬੇਸ਼ੱਕ ਉਹ ਔਖਾ ਹੈ ਪਰ ਅਸੰਭਵ ਨਹੀਂ, ਪਰ ਸ਼ੁਰੂਆਤ ਕਰਨ ਦਿਆ ਕਰੋ ਜਿੱਥੋਂ ਕੋਈ ਕਰਦਾ। ਹਰ ਇੱਕ ਦੇ ਅੱਗੇ ਜਾ ਕੇ ਆਪਣਾ ਤਰਕਸ਼ੀਲ ਵਾਲਾ ਸਵਾਲ ਨਾ ਖੜਾ ਕਰ ਦਿਓ ਕਿ ਆਹ ਗਲਤ ਹੈ, ਆਹ ਆਉਂ ਨਹੀਂ, ਆਹ ਉਂਝ ਹੈ। ਜੇ ਕਿਸੇ ਨੂੰ ਦੀਪਕ ਜਲਾ ਕੇ ਖੁਸ਼ੀ ਮਿਲਦੀ ਹੈ, ਉਸਨੂੰ ਜਗਾਉਣ ਦਿਓ। ਇੱਕ ਥਾਂ ਤੋਂ ਸ਼ੁਰੂਆਤ ਕਰੂਗਾ, ਕੱਲ੍ਹ ਨੂੰ ਇੱਕ ਪੰਕਤੀ ਪੜੂਗਾ, ਪਰਸੋਂ ਦੋ ਪੜੂਗਾ, ਹੌਲੀ ਹੌਲੀ ਪਾਠ ਕਰਨ ਲੱਗੂਗਾ। ਪਾਠ ਦੇ ਵਿੱਚੋਂ ਉਸਨੂੰ ਸਾਰੀ ਜਿਹੜੀ ਸਿੱਖਿਆ ਹੈ, ਸਾਰਾ ਸਬਕ ਆਪੇ ਮਿਲ ਜਾਣਾ। ਜਿਹੜਾ ਵੀ ਜਿੱਥੋਂ ਵੀ ਸ਼ੁਰੂਆਤ ਕਰਦਾ ਹੈ ਉਸਨੂੰ ਕਰਨ ਦਿਓ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਜਾਂ ਕਿਸੇ ਦਾ ਭਲਾ ਚਾਹੁੰਦੇ ਹੋ ਤਾਂ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।